ਅਸਲਾਮ ਵਾਲੇ ਲਿਆ ਵੀ ਕੁੜੀਆਂ ਨੂੰ ਕਹਾਂ ਭਾਂਡਾ ਲਿਆ ਨਾਲੇ ਦੁੱਧ ਪਵਾ ਨਾਲੇ ਪਿਛਲੇ ਪੈਸੇ ਦੇ ਦਿਓ ਹੈ ਤੁਸੀਂ ਦੁੱਧ ਵਾਲੇ ਆ ਹਾਂਜੀ ਦੁੱਧ ਵਾਲੇ ਆ ਇੱਧਰ ਕਿੱਧਰ ਕੱਲ ਤਾਂ ਦੁੱਧ ਯਾਰ ਇੱਥੇ ਦੇਖ ਬਾਹਰ ਆ ਦੁੱਧ ਵਾਲੀਓ ਦੁੱਧ ਵਾਲਾ ਆਇਆ ਹੈਲੋ ਵਾਹ ਐਕਦਮ ਸਲਾਮ ਮੈਂ ਤਾਂ ਸੋਚੀ ਪੈ ਗਿਆ ਦੁੱਧ ਦੇ ਕੇ ਜਾਵਾਂਗਾ ਤੁਹਾਡੇ ਕੋਲ ਲੈ ਕੇ ਜਾਵਾਂ ਹੈਲੋ ਉਹ ਤੁਹਾਡੇ ਕੋਲ ਤੇ ਆਪਣਾ ਬੜਾ ਤੁਸੀਂ ਸਾਡੇ ਕੋਲ ਲੈ ਕੇ ਕੀ ਕਰਨਾ ਮੇਰੇ ਨਾਲ ਆਰਾਮ ਨਾਲ ਰਹਿਣਾ ਸਮਝ ਆਈ ਨਾ ਓ ਕਿਉਂ ਜੀ ਤੇਰਾ ਮੂੰਹ ਤੋੜ ਦਾਂਗੀ ਮੈਂ ਫੜ ਕੇ ਨਿਚੋੜ ਦਾਂਗਾ ਹੈਲੋ ਕੀ ਹੈ ਇਹਨੂੰ ਚੜਨ ਵਾਲੇ ਨਹੀਂ ਕਿਉਂ ਜੀ ਨੁਚੜ ਗਿਆ ਸਹੀ ਹਾਲੇ ਵੀ ਮੇਰੀ ਗੱਲ ਸੁਣੋ ਹਾਂਜੀ ਹਾਲੇ ਵੀ 150 ਬੰਦੇ ਦੀ ਚਾਹ ਬਣ ਸਕਦੀ ਆ ਹਾਂ ਸਾਲਿਆ ਪਹਿਲੇ ਦਾਦਾ ਮਰਵਾ ਕੇ ਚਾਹ ਬਣਾ ਮੇਰੀ ਗੱਲ ਸੁਣੋ ਹਾਂਜੀ ਲਾਮਾ ਦੇਣਾ ਤੁਹਾਨੂੰ ਕਾਹਦਾ ਲਾਮਾ ਦੇਣਾ ਜੀ ਤੂੰ ਤਾਂ ਪਤਲਾ ਰਹੇ ਤੇ ਕਿਸੇ ਲੇਡੀ ਡਾਕਟਰ ਨੂੰ ਖਾਓ ਤੇਰੇ ਤਾਂ ਯਾਰ ਅੱਛਾ ਤੇ ਗੰਦੀ ਨਸਲ ਲਿਆ ਤੇਰਾ ਦੁੱਧ ਅੱਛਾ ਸਾਡੇ ਵਾਲਾ ਮੈਂ ਕਿਹਾ ਕੋਈ ਆਪਣਾ ਮਸਲਾ ਪਿਆ ਤੁਹਾਡਾ ਉਹ ਤਾਂ ਸ਼ੁਰੂ ਤੋਂ ਹੀ ਕੁਝ ਨਾ ਰਹਿ ਸਮਝ ਆਈ ਤੇਰੀ ਕਿੰਨੀ ਜ਼ੁਬਾਨ ਚੱਲ ਰਹੀ ਹੈ ਜ਼ੁਬਾਨ ਦਾ ਤੇ ਬਹੁਤ ਪੱਕਾ ਆ ਕੱਲ ਵੀ ਵਾਰ ਲੱਗੇ ਸੀ ਜ਼ੁਬਾਨ ਨਾਲ ਕਾਫੀ ਖਾਣ ਡਿਆ ਨਾਈ ਦੇ ਪੀਪੇ ਜਿਹੜੇ ਪਈ ਉਹ ਚੁੱਕ ਕੇ ਮੈਂ ਖਾਧੀ ਮੇਰੀ ਜ਼ੁਬਾਨ ਨਾਲ ਦੱਸਿਆ ਨਹੀਂ ਤੂੰ ਜ਼ੁਬਾਨ ਦਾ ਵੀ ਕਾਰੀਗਰ ਹੈ ਭਾਈਆ ਬੋਲ ਕੇ ਪੈਸੇ ਲਈ ਤਾਂ ਜ਼ੁਬਾਨ ਤੇ ਕਾਰੀਗਰੀ ਮੇਰੀ ਗੱਲ ਸੁਣੋ ਹਾਂਜੀ ਹਿਸਾਬ ਕਰੋ ਕਿੰਨੇ ਪੈਸੇ ਹੋ ਗਏ ਨੇ ਹਾਂ ਪੈਸੇ ਤੁਸੀਂ ਦਿਓ ਤੇ ਫਿਰ ਦੁੱਧ ਮਿਲਣਾ ਤੇ ਕਰ ਲੋ ਸਾਹਿਬ ਹਾਂ ਇੱਕ ਕੱਲ ਦਾ ਦੁੱਧ ਤੇ ਪੈਸੇ ਰਹਿੰਦੇ ਇੱਕ ਪਰਸੋਂ ਦਾ ਦੁੱਧ ਤੇ ਸਾਡੇ ਦੋ ਦੁੱਧਾਂ ਦੇ ਪੈਸੇ ਆ ਪੈਸੇ ਹਾਂ ਤੇਰੇ ਹਿਸਾਬ ਤੇ ਲਾਂਦਾ ਤਾਂ ਦੋ ਦਿਨਾਂ ਦੇ ਗਈ ਦਾ ਦੋ ਦੁੱਧਾਂ ਦੇ ਕੇ ਉਹ ਸਾਡੇ ਗੁਜਰਾਂ ਚ ਇੰਜ ਹੀ ਕਹਿੰਦੇ ਆ ਇੱਕ ਕੱਲ ਦੇ ਦੁੱਧ ਦੇ ਪੈਸੇ ਇੱਕ ਪਰਸੋਂ ਦੇ ਦੁੱਧ ਤੇ ਦੋ ਦੁੱਧਾਂ ਦੇ ਪੈਸੇ ਨਹੀਂ ਹੋ ਗਏ ਗਈ ਦਾ ਦੋ ਦਿਨਾਂ ਦੇ ਪੈਸੇ ਹੋ ਗਏ ਨੇ ਇਹ ਦੋ ਦੁੱਧਾਂ ਦਾ ਕੀ ਹਿਸਾਬ ਹੈ ਭਾਈ ਦੱਸ ਇਹ ਨਹੀਂ ਕਹਿੰਦਾ ਆਪਾਂ ਦੋ ਦੁੱਧਾਂ ਦੇ ਪੈਸੇ ਰਹਿੰਦੇ ਓਏ ਦੋ ਦਿਨਾਂ ਦਾ ਗਈ ਦਾ ਓ ਯਾਰ ਸਾਡਾ ਆਪਣਾ ਹਿਸਾਬ ਤੁਹਾਡਾ ਆਪਣਾ ਬਾਅਦ ਚ ਇਹ ਵੀ ਕਹਿ ਦੇਣਾ ਦੋ ਦੁੱਧਾਂ ਦੇ ਐਨਕ ਦੇ ਵਿੱਚ ਪਾ ਕੇ ਦਿੱਤਾ ਸੀ ਉਹ ਵੀ ਦਿਓ ਗੱਲ ਇੱਕ ਹੀ ਹੋਵੇ ਹਾਂ ਇਹ ਵੀ ਦੁੱਧਾਂ ਵਾਲਾ ਹੈ ਮੇਰੀ ਗੱਲ ਸੁਣੋ ਹਾਂਜੀ ਕਿੰਨੀਆਂ ਮੱਝਾਂ ਨੇ ਤੁਹਾਡੀਆਂ ਬੱਚਾ 5-6 ਆਈਆਂ ਆਪਣੀਆਂ ਅੱਛਾ ਹਾਂ ਸੰਡਾ ਸੰਡਾ ਇੱਕ ਹੀ ਆ ਇੱਕ ਸੰਡਾ ਹਾਂਜੀ ਪੂਰੀ ਜ਼ਿੰਮੇਵਾਰੀ ਉਹਦੇ ਤੇ ਪਾਈ ਆ ਉਹ ਕੀ ਜੀ ਹਾਂ ਉਹ ਇਲੈਕਟ੍ਰੀਸ਼ੀਅਨ ਆ ਸੰਡਾ ਅਗਲੀਆਂ ਲੱਤਾਂ ਚੁੱਕ ਕੇ ਬਲਬ ਲਾਉਂਦਾ ਹਾਂ ਜੀ ਨਾ ਫੇਲ ਕੇ ਫੇਰ ਇਹੋ ਜਿਹਾ ਬੰਦਾ ਕੋਲ ਖਲੋਤਾ ਹੁੰਦਾ ਫੜ ਕੇ ਲਵਾ ਦਿੰਦਾ ਉਹ ਭਗਵਾਨ ਯਾਰ ਦੁੱਧ ਨਹੀਂ ਲੈਣਾ ਤੁਸੀਂ ਸਾਡੇ ਕੋਲ ਹਾਂ ਮੇਰੀ ਗੱਲ ਸੁਣੋ ਹਾਂਜੀ ਪਹਿਲੇ ਮੈਨੂੰ ਇਹ ਦੱਸੋ ਦੁੱਧ ਕਿਵੇਂ ਚੱਲਦਾ ਰੇਟ ਰੂਟ ਵੱਧ ਗਿਆ ਦੁੱਧ ਤੇ ਮੈਂ ਕਹਿੰਦਾ ਨਾਲੋ ਨਾਲ ਪੈਸੇ ਦੇ ਦੇ ਕਰ ਲਈਏ ਪਹਿਲੇ ਕਿਲੋ ਦੁੱਧ ਤੂੰ ਕਿੰਨੇ ਦਾ ਦੇਣਾ ਕਿਲੋ 200 ਰੁਪਏ ਦਾ ਤੇ ਅੱਧਾ ਕਿਲੋ ਅੱਧਾ ਕਿਲੋ 100 ਰੁਪਏ ਦਾ ਤੇ ਪਾਈਆ ਪਾਈਆ 50 ਰੁਪਏ ਦਾ ਤੇ ਅੱਧ ਪਾ 25 ਰੁਪਏ ਦਾ ਜੇ ਕਿਸੇ ਵੇਖਣਾ ਹੋਵੇ ਤੇ ਟਿਕਟ ਲੈ ਕੇ ਸਾਹਮਣੇ ਬਹਿ ਜਾ ਸਾਰਾ ਇੱਥੇ ਹੀ ਹੋਣਾ ਅਸੀਂ ਕਿਤੇ ਲੈ ਜਾਣਾ ਭਾਈ ਇਹ ਤੇ ਹਲੇ ਪਾਈਆ ਪਾਈਆ ਵਾਲਾ ਪਿੱਛੇ 1.5 ਲੀਟਰ ਵਾਲਾ ਤਿਆਰ ਹੋ ਰਿਹਾ ਕਿੰਨੇ ਕਿੰਨੇ ਲੀਟਰ ਵਾਲਾ 1.5 ਲੀਟਰ ਵਾਲਾ ਫੁੱਪੀ ਵੀ ਆਈ ਤੇਰੀ ਓਏ ਹੋਏ ਮਾਂ ਮਾਰਾ ਓਏ ਬਿਟਿਆ ਓਏ ਐਸੇ ਪੁੱਛਿਆ ਯਾਰ ਹਾਂ ਕੀ ਗੱਲ ਸੁਣੋ ਹਾਂਜੀ ਇਹ ਬੱਚਾ ਤੁਸੀਂ ਬਹੁਤ ਜ਼ਿਆਦਾ ਨਹੀਂ ਤੁਸੀਂ ਚਾਂਚ ਚੁੰਦੇ ਕਿਵੇਂ ਹੋ ਰੁਕ ਚੋਈਦਾ ਜਿਵੇਂ ਸਾਰੀਆਂ ਮੱਝਾਂ ਚੋਈਦੀਆਂ ਸੋਨਾ ਇਧਰ ਆਓ ਤੁਸੀਂ ਵੀ ਬੈਠੋ ਤੁਹਾਨੂੰ ਵੀ ਸਿਖਾਉਂਦੇ ਮਿਸਾਲ ਦੇ ਤੌਰ ਤੇ ਆ ਮੱਝ ਆ ਇਹ ਮੱਝ ਹਾਂਜੀ ਤੁਹਾਨੂੰ ਇੰਜ ਨਹੀਂ ਪਤਾ ਲੱਗਣਾ ਚਲੋ ਚੋਵੋ ਪੁੱਤਰ ਓਏ ਜੀ ਤੈਨੂੰ ਪਤਾ ਚੋਣ ਤੋਂ ਪਹਿਲਾਂ ਧਾਰਾਂ ਮੱਝ ਨੂੰ ਦੇਈਦੀਆਂ ਕਰਵਾ ਕੇ ਚਲੋ ਇਹ ਮੈਂ ਦੁੱਧ ਨਹੀਂ ਆਉਣਾ ਕਿਉਂ ਇਹ ਹਲੇ ਬੋਲੀ ਆ ਪਹਿਲੇ ਲਾਉਣੀ ਪੈਣੀ ਆ ਰਹਿ ਦੇ ਨਹੀਂ ਪ੍ਰਸਾਦ ਦੇ ਵਿੱਚ ਨਹੀਂ ਚੋਈ ਜੀ ਅੱਛਾ ਜੀ ਗੱਲ ਸੁਣੋ ਹਾਂਜੀ ਓਏ ਸਾਬ ਕਰ ਲੋ ਸਿੱਧਾ ਸਿੱਧਾ ਹਾਂ ਤੁਸੀਂ ਸਹੀ ਦਿਓ ਜਿਹਦੇ ਤੇ ਜਿਹੜੀ ਮੋਟੀ ਮਲਾਈ ਹੋ ਉਹ ਮਲਾਈ ਵਾਲਾ ਸਾਡੇ ਕੋਲ ਨਹੀਂ ਹੈਗਾ ਕਿਉਂ ਇਹ ਹੀ ਜਿਹੜਾ ਹੈਗਾ ਤੈਨੂੰ ਪਤਾ ਮੈਂ ਨਹਿਰੋਂ ਨਹਿਰ ਲੈ ਕੇ ਆਉਣਾ ਹੁੰਦਾ ਦੁੱਧ ਹਾਂ ਗੱਲ ਸੁਣੇ ਇੱਕ ਦਿਨ ਨਾ ਤੇਰੇ ਦੁੱਧ ਚ ਟੱਟੂ ਵੀ ਨਿਕਲਿਆ ਇਹ ਨਸੀਬਾਂ ਦੀ ਗੱਲ ਆ ਕੱਲ ਇੱਕ ਬੰਦੇ ਦਾ ਯਾਮਾ ਨਿਕਲਿਆ ਇਹ ਤਾਂ ਨਸੀਬਾਂ ਦੀ ਗੱਲ ਆ ਕੁਝ ਵੀ ਨਿਕਲ ਸਕਦਾ ਕਿਉਂ ਅੱਲਾ ਕਰੇ ਉਹਦੇ ਨਸੀਬਾਂ ਚੋਂ ਅਗਲੀ ਵਾਰੀ ਪੈਟਰੋਲ ਨਿਕਲੇ
ਆਹੋ ਚਲਾਵੇ ਤੇ ਸਹੀ ਉਹਨੂੰ। ਹਾਂ ਮੇਰੀ ਗੱਲ ਸੁਣੋ। ਹਾਂ ਜੀ। ਤਾਂ ਫੇਰ ਕਿਸ ਦਿਨ ਕਰ ਲਾਂਗੇ ਦੁੱਧ ਪਾ। ਦੁੱਧ ਪਾ ਦਿੰਦੇ ਆ। ਟਾਈਮ ਨਾਲ ਆ ਕੇ ਪਵਾ ਲਿਆ ਕਰੋ, ਮੈਂ ਘੰਟਾ ਘੰਟਾ ਬਾਅਦ ਫੜ ਕੇ ਖੜਾ ਰਹਿਣਾ। ਤੁਸੀਂ ਵੀ ਤਾਂ ਖੜਾ ਕਰਿਆ ਕਰੋ ਨਾ। ਓਏ ਆ ਦੁੱਧ ਫੜ ਕੇ ਖੜਾ ਰਹਿਣਾ ਮਰੇ। ਮਾਜੀ ਤੁਸੀਂ ਲਵਾਉਂਦੇ ਕਿਤਾ ਜੀ? ਓਏ ਮੈਨੂੰ ਵੀ ਨਹੀਂ ਸੀ ਪਤਾ ਭਾਜੀ ਪਾਜ ਲੱਗਦੀ ਕਿਵੇਂ ਆ। ਅੱਛਾ। ਗੁਜਰ ਬਾਸ਼ਾ ਇੱਕ ਦਿਨ ਮੈਂ ਆਪਣੇ ਅੱਬੇ ਨੂੰ ਪੁੱਛਿਆ, ਮੈਂ ਕਿਹਾ ਕਿੱਦਾਂ ਪਤਾ ਲੱਗਦਾ ਮੱਝ ਲੱਗ ਗਈ ਆ? ਫੇਰ ਕਹਿੰਦਾ ਕਾਕਾ ਜੇ ਤੇ ਮੱਝ ਬੈਠੇ ਧੁੱਪੇ ਤੇ ਸਮਝੋ ਨਹੀਂ ਲੱਗੀ, ਜੇ ਬੈਠੇ ਛਾਵੇਂ ਤੇ ਸਮਝੋ ਲੱਗ ਗਈ ਆ। ਅੱਛਾ। ਮੈਂ ਛੋਟੇ ਭਰਾ ਨੂੰ ਭੇਜਿਆ, ਮੈਂ ਕਿਹਾ ਵੇਖ ਕੇ ਆ ਮੱਝ ਕਿੱਥੇ ਬੈਠੀ ਆ। ਕਹਿੰਦਾ ਭਾਜੀ ਮੱਝ ਤਾਂ ਧੁੱਪੇ ਬੈਠੀ। ਮੈਂ ਕਿਹਾ ਇਹਦਾ ਮਤਲਬ ਨਹੀਂ ਲੱਗੀ, ਰੱਖੋ ਡਾਲੇ ਦੇ ਨਾਲ ਦੇ ਪਿੰਡੋਂ ਲਵਾ ਕੇ ਲਿਆਈਏ। ਉਹ ਲਵਾ ਕੇ ਮੁੜ ਕੇ ਅਗਲੇ ਦਿਨ ਪੁੱਛਿਆ, ਮੈਂ ਕਿਹਾ ਕਾਕਾ ਅੱਜ ਮੱਝ ਕਿੱਥੇ ਬੈਠੀ ਆ? ਕਹਿੰਦਾ ਭਾਜੀ ਅੱਜ ਫੇਰ ਧੁੱਪੇ ਬੈਠੀ। ਮੈਂ ਕਿਹਾ ਇਹਦਾ ਮਤਲਬ ਨਹੀਂ ਲੱਗੀ, ਰੱਖੋ ਡਾਲੇ ਦੇ ਨਾਲ ਦੇ ਪਿੰਡੋਂ ਲਵਾ ਕੇ ਲਿਆਈਏ। ਉਹ ਤੀਜੇ ਦਿਨ ਪੁੱਛਿਆ, ਮੈਂ ਕਿਹਾ ਕਾਕਾ ਅੱਜ ਮੱਝ ਕਿੱਥੇ ਬੈਠੀ ਆ? ਕਹਿੰਦਾ ਭਾਜੀ ਨਾ ਧੁੱਪੇ ਬੈਠੀ, ਨਾ ਛਾਵੇਂ ਨੂੰ ਆਦਤ ਪਾ ਗਈ, ਉਹ ਡਾਲੇ 'ਚ ਬੈਠੀ ਆ। ਤੇ ਤੁਹਾਡਾ ਕੋਈ ਬੱਚੀ ਬੱਚਾ ਹੈ? ਨਹੀਂ ਨਹੀਂ। ਕੋਈ ਵੀ ਨਹੀਂ ਹੈ? ਤੇ ਬੈਠੋ ਡਾਲੇ 'ਚ ਫਿਰ। ਤੁਸੀਂ ਬਸ ਤੁਸੀਂ ਹਿੱਲ ਕੇ ਬਾਹਰ ਢਲਾਉਣੇ ਆ, ਫਿਰ ਕਹਿੰਦੇ ਔਲਾਦ ਨੀ ਹੋ ਰਹੀ। ਐਡਾ ਸੰਘਣਾ ਦੁੱਧ ਹਲਕ ਨੀ ਪਤਲਾ ਡਿਆ। ਪਹਿਲਾ ਬੰਦਾ ਜਿਹਨੇ 20 ਕਿਲੋ ਦੁੱਧ ਕਿਲੋ ਵਾਲੇ ਦੀ ਬਾਤ ਹੈ। ਲਈ ਹੁਣ ਧਿਆਨ ਨਾਲ ਹੈ, ਜ਼ਾਇਆ ਨਹੀਂ ਕਰ। ਚਲੋ ਆ ਦੋ ਦੋ ਕਤਰੇ ਸਾਡੀਆਂ ਦੇ। ਦੋ ਦੋ ਕਤਰੇ ਬਾਹਰ ਆਪਣੀ ਮੱਝ ਕੋ ਪਵਾ। ਚਲੋ ਤੁਸੀਂ ਵੀ ਪੈ ਜੀ ਜੀ ਮੈਂ ਬੁਲਾਉਣਾ ਤਾਂ। ਕਾਹਦੀ ਬੇਤਬਾਰੀ ਪੈ ਗਈ ਇਹਨਾਂ ਦੋਸਤਾਂ ਨੂੰ? ਹੈ ਇੱਕ ਕਮਰੇ 'ਚ ਰਹਿ ਰਹੇ ਆ ਤੇ ਚੀਜ਼ਾਂ ਨਹੀਂ ਯੂਜ਼ ਕਰ ਸਕਦੇ? ਬੇਵਕੂਫ ਆਦਮੀ ਬਸ ਕਰ ਦੇ ਐਡਾ ਤੂੰ ਕਿਤੇ ਲੁੰਡ ਰਹਿੰਦਾ ਰੇ। ਅਸਲਾਮ ਅਲੈਕੁਮ ਜਨਾਬ। ਸਬਰ ਕਰ ਰਾਤੀ ਉਹ ਮੈਂ ਬੈਠਾ ਵੱਡਾ ਪਿਸ਼ਾਬ ਕਰੇ, ਧੋਤਾ ਤੇ ਅੱਜ ਤੱਕ ਧੋਤੀ ਨਹੀਂ ਗਈ। ਤੁਸੀਂ ਹਰ ਟਾਈਮ ਤੇ ਬੈਠੇ ਰਹਿੰਦੇ ਹੋ ਚਾਚਾ ਜੀ, ਮੈਂ ਕਿਹਾ ਮਿਰਚਾਂ ਪਾਵਾਂ ਭਜਦੇ ਫਿਰਨ ਭਜਦੇ ਫਿਰਨ। ਆ ਮੇਰੇ ਅੰਦਰ ਸ਼ੈਂਪੂ ਕਿਹਨੇ ਚੁੱਕਿਆ? ਸ਼ੈਂਪੂ ਸ਼ੈਂਪੂ ਹਾਂ, ਮੇਰੇ ਤੇ ਵਾਲ ਹੀ ਨਹੀਂ, ਮੈਂ ਕਿੱਥੇ ਲਾਉਣਾ ਸ਼ੈਂਪੂ? ਹੋ ਚੁੱਕਿਆ? ਨਹੀਂ ਨਹੀਂ, ਸਾਡਾ ਤਾਂ ਕੰਮ ਹੀ ਸਾਬਣ ਵਾਲਾ ਪੈ ਗਿਆ। ਇਹਦਾ ਤੇਲ ਵਾਲਾ ਕੰਮ ਹੈ ਜੀ। ਤੇਰੇ ਤੇ ਯਕੀਨ ਆ ਮੈਨੂੰ, ਪਿਸ਼ਾਬ ਇਹਨੇ ਚੁੱਕਿਆ ਸ਼ੈਂਪੂ? ਇਹਨੇ ਚੁੱਕਿਆ ਹੋਵੇ। ਕਿਹਦੇ ਹੱਥ ਤੇ ਪਾਈ ਸ਼ੈਂਪੂ? ਹੈ ਖੱਬੇ ਹੱਥ ਤੇ। ਚੱਲ ਇਸੇ ਹੱਥ ਨਾਲ ਹੀ ਆ ਚਾਚਾ ਜੀ, 1000 ਨੂੰ ਹੱਥ ਮਾਰੋ ਯਾਰ, ਸੇਰਾ ਮਰਵਾਉਣ ਲੱਗੇ ਹੱਥ। ਬਕਵਾਸ ਬੰਦ ਕਰੋ, ਆਪਣੇ ਆਪਣੇ ਕਮਰਿਆਂ ਦੇ ਨਾ 4-4 ਮਹੀਨੇ ਦਾ ਕਿਰਾਇਆ ਕੱਢੋ। ਉਹ ਭਾਈ ਅੱਲਾ ਦਾ ਸ਼ੁਕਰ, ਕਿਰਾਇਆ ਦੇ ਦੇਣਾ ਵਾ। ਮਾਲਕ ਮਕਾਨ ਦਾ ਮੈਨੂੰ ਫੋਨ ਆਇਆ, ਕਹਿੰਦਾ ਮੈਂ ਸਮਾਨ ਚੁੱਕ ਕੇ ਬਾਹਰ ਮਾਰਨਾ ਇਹਨਾਂ ਦਾ। ਸਮਾਨ ਤੁਹਾਡੇ ਚੁੱਕ ਕੇ ਮਾਰੇਗਾ? ਮੈਂ ਤਾਂ ਨੌਕਰੀ ਤੇ ਲੱਗ ਗਿਆ। ਕਿਹੜੀ ਤੇ? ਆ ਨਾਲ ਪੀਜ਼ਾ ਡਿਲੀਵਰੀ ਨੇ, ਇਹਨਾਂ ਕੋਲ ਨੌਕਰੀ ਤੇ ਲੱਗ ਗਿਆ। 16,000 ਰੁਪਇਆ ਮਹੀਨੇ ਤੇ। ਅੱਛਾ, 7,000 ਕਿਰਾਇਆ ਵਾ, ਬਾਕੀ ਜੈਸ਼ੀ ਕਰਿਆ ਕਰਾਂਗੇ। 4 ਮਹੀਨੇ ਦਾ ਕਿਰਾਇਆ ਹੈ। ਮੈਨੂੰ ਵੀ 35,000 ਤਨਖਾਹ ਤੇ ਮੈਂ ਲੱਗ ਗਿਆ ਉਹ ਕਿਤੇ ਮਨਸੂਬਾਬੰਦੀ ਵਾਲਿਆਂ ਦੇ ਕੋਲ। ਉਹ ਹਰ ਘਰ 'ਚ ਜਾ ਕੇ ਮੈਨੂੰ ਵਖਾਣਗੇ, ਜੇ ਤੀਸਰਾ ਬੱਚਾ ਜੰਮੋਗੇ ਤੇ ਇੰਜ ਦਾ ਹੋਏ। ਤੈਨੂੰ ਵੈਸੇ ਮੈਂ ਨੌਕਰੀ ਤੇ ਲਵਾ ਸਕਣਾ? ਲਵਾ, 1,00,000 ਰੁਪਇਆ ਤਨਖਾਹ ਹੀ। ਕਰਨਾ ਕੀ? ਕਰਨਾ ਮੈਨੇ ਆਪ। ਚੱਲ ਤੈਨੂੰ ਵੀ ਮੈਂ 1,50,000 ਤਨਖਾਹ ਤੇ ਲਾਉਣਾ। ਕੀ ਗੱਲ? ਤੂੰ ਬਸ ਚੀਕ ਨਹੀਂ ਮਾਰਨੀ। ਸਾਡੀ 5-5 ਲੱਖ ਰੁਪਇਆ ਤਨਖਾਹ, ਕੰਮ ਛੋਟਾ ਜਿਹਾ। ਉਹ ਕੀ? ਤੁਸੀਂ ਲੋਕਾਂ ਦੀ ਨਾ ਮੀਟਰੀ ਰੀਡਿੰਗ ਸਹੀ ਕਰਨੀ ਚਾਹ।
ਬਹੁਤ ਕਰਦਾ ਮੇਰਾ, ਮੈਂ ਗੰਦੇ ਨਾਲੇ ਕੋਲ ਲੰਘਾ ਕੂੜਾ ਰੁਕ ਜਾਂਦਾ ਕਿ ਪਹਿਲੇ ਵੱਡੇ ਲੱਗ ਜਾਣ। ਕਿਰਾਏ ਦਾ ਸੋਚਣਾ, ਕਿਰਾਏ ਦਾ ਬਾਲ ਜਿਹੜੀ ਗੱਲ ਕਰ ਰਿਹਾ ਨਾ, ਉਹ ਕਹਿੰਦਾ ਚੜ ਗਿਆ ਤੇ।